ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਆਂ ਮਾਮਲਾ ਦਿੱਲੀ ਕਟੜਾ ਐਕਸਪ੍ਰੈਸ ਵੇ ਬਣਾਉਣ ਦਾ ਕਿਸਾਨਾਂ ਵੱਲੋਂ ਵਰਦੇ ਮੀਂਹ ਦੌਰਾਨ ਮਲੇਰਕੋਟਲਾ ਲੁਧਿਆਣਾ ਮੁੱਖ ਸੜਕ ਤੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਪਿਛਲੇ 8 ਮਹੀਨਿਆਂ ਤੋਂ ਦਿੱਲੀ ਕਟੜਾ ਐਕਸਪ੍ਰੈਸ ਵੇ ਤੇ ਆਉਂਦੀਆਂ ਆਪਣੀਆਂ ਜ਼ਮੀਨਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਨੰਗੇ ਧੜੇ ਸੰਘਰਸ਼ ਵਿੱਢੀ ਬੈਠੇ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੰਯੋਗ ਨਾਲ ਅੱਜ ਬਾਲੇਵਾਲਾ ਵਿਕੇ ਮਲੇਰਕੋਟਲਾ ਲੁਧਿਆਣਾ ਮੁੱਖ ਸੜਕ ਤੇ ਵਰਦੇ ਮੀਂਹ ਦੌਰਾਨ ਧਰਨਾ ਲਾ ਕੇ ਸੜਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਕਿਸਾਨ ਆਗੂਆਂ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ ਸਰਬਜੀਤ ਸਿੰਘ ਕੋਪਖੁਰਦ ਬਲਾਕ ਪ੍ਰਧਾਨ ਅਹਿਮਦਗੜ ਅਤੇ ਜਸਪਾਲ ਸਿੰਘ ਮਾਨਕ ਮਾਜਰਾ ਤੋਂ ਨੇ ਸਰਕਾਰ ਤੋਂ ਇਲਾਵਾ ਪ੍ਰਸ਼ਾਸਨ ਦੇ ਨਾਲ ਕਾਰਪੋਰੇਟ ਕਰਾਣਿਆਂ ਤੇ ਤਾਬੜਤੋਲ ਹਮਲੇ ਕਰਦੇ ਆਖਿਆ ਕਿ ਅੱਜ ਦੀਆਂ ਸਰਕਾਰਾਂ ਸਾਰਾ ਕੁਝ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਕਰਨ ਨੂੰ ਕਾਲੀਆਂ ਪੈ ਚੁੱਕੀਆਂ ਹਨ ਪੰਜਾਬ ਸਰਕਾਰ ਵੱਲੋਂ ਆਪਣਿਆਂ ਨੂੰ ਸਿਆਸੀ ਤੋਹਫ਼ਾ ਕੈਪਟਨ ਸਰਕਾਰ ਵੱਲੋਂ ਅੱਜ ਕਰੀਬ 21 ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਾ ਸਿਆਸੀ ਤੋਹਫ਼ਾ ਦਿੱਤਾ ਗਿਆ ਸੋ 21 ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਾ ਸਿਆਸੀ ਤੋਹਫ਼ਾ ਦਿੱਤਾ ਗਿਆ ਚਾਹੇ ਇਸ ਨੂੰ ਇਤਫਾਕ ਸਮਝੋ ਪਰ ਉਹਨਾਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਲਈ ਨੋਵਾ ਗੱਡੀ ਦਿੱਤੀ ਗਈ ਹੈ ਜਿਨ੍ਹਾਂ ਦੀ ਗਿਣਤੀ ਕੈਪਟਨ ਕੈਂਪ ਵਿੱਚ ਕੀਤੀ ਜਾਂਦੀ ਆ ਟਰਾਂਸਪੋਰਟ ਵਿਭਾਗ ਪੰਜਾਬ ਨੇ ਕਿਸੇ ਰੋਲੇ ਰੱਪੇ ਦੇ ਡਰੂ ਅੱਜ ਕਈ ਇਨੋਵਾ ਗੱਡੀਆਂ ਦੀ ਡਿਲੀਵਰੀ ਮੋਹਾਲੀ ਦੀ ਇਨੋਵਾ ਏਜੰਸੀ ਤੋਂ ਹੀ ਕਰਵਾ ਦਿੱਤੀ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਅੱਧੀ ਦਰਜਣ ਸੰਸਦ ਮੈਂਬਰਾਂ ਤੇ ਇੱਕ ਦਰਜਣ ਤੋਂ ਉੱਪਰ ਵਿਧਾਇਕਾਂ ਨੂੰ ਇਨੋਵਾ ਗੱਡੀਆਂ ਦਿੱਤੀਆਂ ਟਰਾਂਸਪੋਰਟ ਵਿਭਾਗ ਪੰਜਾਬ ਨੇ ਜੈਮ ਪੋਰਟਲ ਜਰੀਏ ਇਹਨਾਂ ਗੱਡੀਆਂ ਦੀ ਖਰੀਦ ਕੀਤੀ। ਸੂਤਰ ਦੱਸਦੇ ਨੇ ਕਿ ਮੋਹਾਲੀ ਦੀ ਏਜੰਸੀ ਤੋਂ ਇਹਨਾਂ ਗੱਡੀਆਂ ਦੀ ਡਿਲੀਵਰੀ ਲਈ ਗਈ ਹੈ ਜਿਸ ਤੇ ਕਾਫੀ ਚਰਚੇ ਅ ਜਸਦ ਤੋਂ ਕਾਫੀ ਚਰਚੇ ਵੀ ਛਿੜੇ ਹਨ ਦੱਸਦੇ ਹਨ ਕਿ ਬਹੁਤੀਆਂ ਗੱਡੀਆਂ ਦੇ ਰਜਿਸਟ੍ਰੇਸ਼ਨ ਵੀ ਜੁਲਾਈ ਦੇ ਪਹਿਲੇ ਹਫਤੇ ਦੀ ਹੋਈ ਹੈ ਪਰ ਸਰਕਾਰ ਨੇ ਅਲਾਟਮੈਂਟ ਰੋਕੀ ਹੋਈ ਸੀ ਇਹਨਾਂ ਗੱਡੀਆਂ ਦੀ ਖਰੀਦ 3.4 ਕਰੋੜ ਰੁਪਏ ਤੋਂ ਵੱਧ ਰਕਮ ਕੀਤੀ ਗਈ ਪਤਾ ਲੱਗਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨੇੜਲੇ ਸਮਝੇ ਜਾਂਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਦਲਾ ਜਸਵੀਰ ਸਿੰਘ ਡਿੰਪਾ ਤੇ ਸੰਸਦ ਮੈਂਬਰ ਰਮਨਿਤ ਬਟ ਨੂੰ ਅੱਜ ਨਵੀਂ ਨੋਵਾ ਗੱਡੀ ਦਿੱਤੀ ਗਈ ਹੈ ਕਿਸਾਨਾਂ ਦੇ ਐਲਾਨ ਤੋਂ ਘਬराई ਮੋਦੀ ਸਰਕਾਰ ਸੜਕ ਤੋਂ ਲੈ ਕੇ ਆਸਮਾਨ ਤੱਕ ਸਖਤ ਸੁਰੱਖਿਆ ਪ੍ਰਬੰਧ ਟਰੈਕਟਰਾਂ ਦੀ ਐਂਟਰੀ ਤੇ پابੰਦੀ ਵੱਡੀ ਖਬਰ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਕਰਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਕਿਸਾਨ ਆંદੋਲਨ ਤੇ ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਸੰਸਦ ਭਵਨ ਦੀ ਸੜਕ ਤੋਂ ਲੈ ਕੇ ਅਸਮਾਨ ਤੱਕ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਦੀ 24 ਘੰਟੇ ਸੁਰੱਖਿਆ ਹੋਵੇਗੀ ਸੰਸਦ ਦੀ ਸੁਰੱਖਿਆ ਕਈ ਪੱਧਰਾਂ ਤੇ ਕੀਤੀ ਗਈ ਆ ਦੂਜੇ ਪਾਸੇ ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਟਰੈਕਟਰ ਨੂੰ ਨਵੀਂ ਦਿੱਲੀ ਦੇ ਖੇਤਰ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਦਿਨ ਪਰ ਸੰਸਦ ਦੇ ਆਸ-ਪਾਸ ਗਸ਼ਤ ਕਰਦੇ ਵਿਖਾਈ ਦਿੱਤੇ ਕਿਸਾਨਾਂ ਨੇ ਮੰਗਲਵਾਰ ਨੂੰ ਸੰਸਦ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਕਿਸਾਨਾਂ ਦੁਆਰਾ ਕੀਤੇ ਗਏ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਸਾਰੀਆਂ ਤਿਆਰੀਆਂ ਕਰ ਰਹੀ ਹੈ। ਸੰਸਦ ਦੀ ਸੁਰੱਖਿਆ ਵਿੱਚ 4 ਕੰਪਨੀਆਂ ਤਨਾਇਤ ਕੀਤੀਆਂ ਗਈਆਂ ਨੇ 600 ਤੋਂ ਵੱਧ ਜਵਾਨ ਤਨਾਇਤ ਕੀਤੇ ਗਏ ਨੇ ਇਹ 24 ਘੰਟੇ ਦੀ ਤਨਾਇਤੀ ਹੈ ਧੋਖਾਧੜੀ ਦੀਆਂ ਘਟਨਾਵਾਂ ਨੂੰ ਕੈਨੇਡੀਅਨ ਪੀਐਮ ਨੇ ਦੱਸਿਆ ਮੰਦਭਾਗਾ ਦਿੱਤੇ ਸਖਤ ਕਾਰਵਾਈ ਦਾ ਭਰੋਸਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਵਿਦੇਸ਼ਾਂ ਵਿੱਚ ਵਿਆਹ ਤੋਂ ਬਾਅਦ ਹੋ ਰਹੀ ਧੋਖਾਧੜੀ ਦੇ ਮਾਮਲਿਆਂ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਚਿੱਠੀ ਲਿਖੀ ਹੈ ਮਨੀਸ਼ਾ ਗੁਲਾਟੀ ਨੇ ਕਟਨਾਵਾ ਤੇ ਸਖਤ ਕਾਰਵਾਈ ਦੀ ਅਪੀਲ ਕੀਤੀ ਇਸ ਦੇ ਜਵਾਬ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਜਿਹਿਆਂ ਮੰਦਭਾਗਾਂ ਕਟਨਾਵਾ ਨੂੰ ਮੰਦਭਾਗਾ ਦੱਸਿਆ ਉਹਨਾਂ ਨੇ ਕਿਹਾ ਅਜਿਹਿਆਂ ਕਟਨਾਵਾ ਬਾਰੇ ਸਖਤ ਕਾਰਵਾਈ ਕੀਤੀ ਜਾਵੇਗੀ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਰੁਜ਼ਗਾਰ ਦੇ ਲਈ ਇੱਥੇ ਆਉਣ ਵਾਲੇ ਲੋਕਾਂ ਤੇ ਕੋਈ ਪਾਬੰਦੀ ਨਹੀਂ ਲਾਏਗੀ ਪਰ ਜਿੰਨਾਂ ਵੱਲੋਂ ਜਿਹੀ ਧੋਖਾ ਧੜੀ ਦੀਆਂ ਕਟਨਾਵਾ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਆਉਣ ਵਾਲੇ ਲੋਕਾਂ ਤੋਂ ਲੋਕ ਕੈਨੇਡਾ ਦੀ ਇਮੀਗ੍ਰੇਸ਼ਨ ਵੈੱਬਸਾਈਟ ਤੋਂ ਸਹੀ ਜਾਣਕਾਰੀ ਲੈ ਸਕਦੇ ਨੇ ਧੋਖਾਧੜੀ ਤੋਂ ਬਚ ਸਕਦੇ ਨੇ ਉਹਨਾਂ ਨੇ ਟਰੂਡੋ ਨੇ ਸਖਤ ਕਾਰਵਾਈ ਦੇ ਭਰੋਸੇ ਤੋਂ ਬਾਅਦ ਮਨੀਸ਼ਾ ਗਲਾਟੀ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਪੰਜਾਬ ਚ ਕਯੂਆਰ ਕੋਡ ਰਾਹੀਂ ਰੱਖੀ ਜਾਵੇਗੀ ਸ਼ਰਾਬ ਦੀ ਸਪਲਾਈ ਤੇ ਨਜ਼ਰ ਸਰਹੱਦੀ ਸੂਬੇ ਵਿਚ ਨਕਲੀ ਸ਼ਰਾਬ ਦੀ ਵਿਕਰੀ ਤੇ ਨਾਜਾਇਜ਼ ਸ਼ਰਾਬ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਕਿਕ ਰਿਸਪਾਂਸ QR ਕੋਡ ਆਧਾਰਿਤ ਟਰੈਕ ਅਤੇ ਟ੍ਰੇਸ ਪ੍ਰਣਾਲੀ ਲਾਗੂ ਕੀਤੀ ਜਾਵੇਗੀ ਇਸ ਤੋਂ ਇਲਾਵਾ ਸੂਬੇ ਦੇ ਪਿੰਡੂ ਖੇਤਰਾਂ 'ਚ ਫਿਜ਼ੀਕਲ ਸਲਾਜਤ ਤੇ ਸੈਪਟੇਜ ਮੈਨੇਜਮੈਂਟ ਨੂੰ ਲਾਗੂ ਕਰਨ ਦੀ ਤਕਨੀਕੀ ਸਹਾਇਤਾ ICTSU ਸਥਾਪਿਤ ਕੀਤੀ ਜਾਵੇਗੀ ਮੁੱਖ ਸਕੱਤਰ ਪੰਜਾਬ ਵਿਨੀ ਮਹਾਜਨ ਨੇ ਅੱਜ ਇੱਥੇ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੀ ਕਾਰਜਕਾਰੀ ਕਮੇਟੀ ਦੀ 157ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਆਦੇਸ਼ ਜਾਰੀ ਕੀਤੇ ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟ ਜਿਨ੍ਹਾਂ ਚੋਂ ਕਈ ਜਨਤਕ ਪ੍ਰਾਈਵੇਟ ਭਾਗਲੀ ਤਹਿਤ ਲਾਗੂ ਕੀਤੇ ਜਾ ਰਹੇ ਹਨ ਦੀ ਸਮੀਖਿਆ ਵੀ ਕੀਤੀ ਸਬੰਧਤ ਅਧਿਕਾਰੀਆਂ ਨੂੰ ਪੰਜਾਬ ਸੂਬੇ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਤੇ ਤਸਕਰੀ ਨੂੰ ਰੋਕਣ ਲਈ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਆ ਸ਼੍ਰੀਮਤੀ ਮਹਾਜਨ ਨੇ ਦੱਸਿਆ ਕਿ QR ਕੋਡ ਆਧਾਰਿਤ ਟਰੈਕ ਅਤੇ ਟਰੇਸ ਪ੍ਰਣਾਲੀ ਜਨਤਕ ਨਿੱਜੀ ਪਾਈ ਵਾਲੀ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ ਜੋ ਸ਼ਰਾਬ ਉਤਪਾਦਨ ਅਤੇ ਸਪਲਾਈ ਦੀ ਰੀਅਲ ਟਾਈਮ ਡਾਟਾ ਮਾਨੀਟਰਿੰਗ ਅਤੇ ਤਸਦੀਕ ਰਾਹੀਂ ਨਜਾਇਜ਼ ਅਤੇ ਨਕਲੀ ਸ਼ਰਾਬ ਉਤੇ ਤਿੱਖੀ ਨਜ਼ਰ ਰੱਖਣ 'ਚ ਮਦਦਗਾਰ ਸਾਬਤ ਹੋਵੇਗੀ। ਕੁੱਖੋ ਜਮੇ ਕਲਜੁੱਗੀ ਪੁੱਤ ਨੇ ਪੈਰ ਤੇ ਕਰੰਟ ਲਗਾ ਪਿਉ ਨੂੰ ਦਿੱਤੀ ਦਰਦਨਾਕ ਮੌਤ ਰਾਤੋ-ਰਾਤ ਕਰ ਦਿੱਤਾ ਸਸਕਾਰ ਧਾਰੀਵਾਲ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਕਲਜੁੱਗੀ ਪਿਉ ਨੇ ਆਪਣੇ ਪਿਤਾ ਦਾ ਪੱਕੇ ਦੀਆਂ ਤਾਰਾਂ ਦੇ ਜੋੜ ਨਾਲ ਪੈਰ ਤੇ ਕਰੰਟ ਲਾ ਕੇ ਉਸ ਦਾ ਕਤਲ ਕਰ ਦਿੱਤਾ ਕਤਲ ਕਰਨ ਮਗਰੋਂ ਪੁੱਤਰ ਨੇ লাশ ਨੂੰ ਖੁਰਦਪੁਰਦ ਕਰਨ ਦੇ ਬਿਨਾਂ ਕਿਸੇ ਨੂੰ ਦੱਸੇ ਰਾਤ ਦੀ ਉਸ ਦਾ ਸੰਸਕਾਰ ਕਰ ਦਿੱਤਾ ਸੂਤ ਘਟਨਾ ਸੂਚਨਾ ਦੀ ਘਟਨਾ ਮਿਲਣ ਤੇ ਪੁਜੀ ਧਾਰੀਵਾਲ ਦੀ ਪੁਲਿਸ ਨੇ ਕਾਤਲ ਮੁੰਡੇ ਖਿਲਾਫ ਧਾਰਾ 302 ਤੇ 201 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਧਾਰੀਵਾਲ ਦੇ ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ترਸੀਮ ਸਿੰਘ ਵਾਸੀ ਜਫਰਵਾਲ ਹੋਈ ਹੈ। ਮ੍ਰਿਤਕ ਦੇ ਦੂਜੇ ਮੁੰਡੇ ਰਸ਼ਪਾਲ ਨੇ ਦਿੱਤੇ ਬਿਆਨਾਂ ਚ ਦੱਸਿਆ ਕਿ ਮਾਤਾ ਦੀ ਮੌਤ 2 1019 ਵਿੱਚ ਉਹ ਹੀ ਜਿਸ ਤੋਂ ਬਾਅਦ ਪਿਤਾ ترਸੇਮ ਸਿੰਘ ਨੇ ਜੱਦੀ ਜ਼ਮੀਨ 12.5 ਏਕੜ ਮੇਰੇ ਤੇ ਮੇਰੇ ਭਰਾ ਦੇ ਨਾਮ ਬਰਾਬਰ ਕਰ ਦਿੱਤੀ। ਉਸਨੇ ਦੱਸਿਆ ਕਿ ਹਰਪਾਲ ਪਿਤਾ ਦੀ ਦੇਖਪਾਲ ਕਰਦਾ ਸੀ 7-8 ਮਹੀਨੇ ਪਹਿਲਾਂ ਉਸਨੇ ਆਪਣੇ ਕੋਲ ਮਹਾਲੀ ਲੈ ਗਿਆ। ਪੁੱਤਰ ਨੇ ਦੱਸਿਆ ਕਿ 13-7-21 ਨੂੰ ਉਸਦੇ ਪਿਤਾ ਆਪਣੇ ਪਿੰਡ ਜਫਰਵਾਲ ਆਇਆ ਸੀ ਜਿੱਥੇ 15-7-21 ਨੂੰ ਉਸਨੇ ਆਪਣੇ ਪਿੰਡ ਤੋਂ ਕਿਸੇ ਜਾਣਕਾਰ ਨਾਲ ਪਤਾ ਲੱਗਾ ਕਿ ਉਸਦੀ ਬੀਤਾ ਦੀ ਰਾਤੀ ਮੌਤ ਹੋ ਗਈ ਆ ਪਿੰਡ ਆ ਕੇ ਪੜਤਾਲ ਕੀਤੀ ਤਾਂ ਮਾਮੇ ਦੇ ਮੁੰਡੇ ਨੇ ਦੱਸਿਆ ਕਿ 14 ਤਰੀਕ ਨੂੰ ਉਸਤੇ ਪਿਤਾ ਦੀ ਪ੍ਰਾਹਰਪਾਲ ਸਿੰਘ ਦੇ ترਸੀਮ ਸਿੰਘ ਦੀ ਬਹਿਸ ਹੋਈਆ ਘਟਕੜ ਕਲਾ ਪਹੁੰਚੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਦਾ ਵੱਡਾ ਬਿਆਨ ਪੰਜਾਬ ਕਾਂਗਰਸ ਦੇ ਵਿੱਚ ਘਟੋਕਲੇਸ਼ ਤੋਂ ਬਾਅਦ ਕਾਂਗਰਸੀ ਹਾਈ ਕਮਾਂਡ ਨੇ ਅੰਤਵਾਰ ਨੂੰ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਸਿੱਧੂ ਵੱਲੋਂ ਸ਼ੁਰੂ ਕੀਤਾ ਗਿਆ ਮੁਲਾਕਾਤਾਂ ਦਾ سلسلہ ਪਰਦਾਨ ਬੰਨਣ ਤੋਂ ਬਾਅਦ ਵੀ ਜਾਰੀ ਇਸ ਵਾਰ ਨਵਜੋਤ ਸਿੱਧੂ ਖਟਕੜ ਕਲਾ ਪਹੁੰਚੇ ਹਨ ਉਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਨਮਨ ਕੀਤਾ ਇਸ ਮੌਕੇ ਸਿੱਧੂ ਨੇ ਕਿਹਾ ਕਿ ਸ਼ਹੀਦਾਂ ਤੋਂ ਸੇਧ ਲੈਣ ਆਏ ਹਾਂ ਇੱਥੇ ਪਹੁੰਚ ਕੇ ਸਿੱਧੂ ਨੇ ਮਹਿਲਾ ਕਮਿਸ਼ਨ ਪਹਿਲਾਂ ਸ਼ਹੀਦ ਦੇ ਆਦਮ ਭਗਤ ਸਿੰਘ ਨੂੰ ਚਰਦਾ ਅੰਝਲੀ ਭੇਂਟ ਕੀਤੀ ਬੋਲਦੇ ਆ ਸਿੱਧੂ ਨੇ ਕਿਹਾ ਕਿ ਸਾਡੀ ਸੋਚ ਪੰਜਾਬ ਹੋਣੀ ਚਾਹੀਦੀ ਆ ਉਹਨਾਂ ਨੇ ਕਿਹਾ ਸਾਡੇ ਲਈ ਪੰਜਾਬ ਤੋਂ ਉੱਪਰ ਕੁਝ ਵੀ ਨਹੀਂ ਹੋਣਾ ਚਾਹੀਦਾ ਨਾ ਕੋਈ ਅਹੁਦਾ ਸਿੱਧੂ ਨੇ ਕਿਹਾ ਸੀ ਪੰਜਾਬ ਨੂੰ ਮਾਡਲ ਬਣਾਵਾਂਗੇ ਜੋ ਪੰਜਾਬ ਨੂੰ ਖੁਸ਼ਹਾਲ ਬਣਾਏਗਾ ਤੇ ਪੁੱਠੇ ਰਾਹ ਤੇ ਤੁਰਿਆਂ ਨੂੰ ਸਿੱਧੇ ਰਾਹ ਤੇ ਪਾਏਗਾ ਵਿਅਦਮੀ ਮਾਮਲੇ ਦੇ ਵਿੱਚ ਐਸਆਈਟੀ ਨੇ ਪੇਸ਼ ਕੀਤਾ ਦੂਜਾ ਚਲਾਨ ਵਿਅਦਮੀ ਮਾਮਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਇੱਕ ਹੋਰ ਚਲਾਨ ਅੱਜ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਐਫਆਈਆਰ ਨੰਬਰ 117/15 ਪੀਐਸ ਬਾਜਾਖਾਨਾ ਨਾਲ ਸੰਬੰਧਿਤ ਹੈ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਫਰੀਦਕੋਟ ਤੋਂ ਮੁਲਜ਼ਮ ਨੂੰ ਪੇਸ਼ ਕੀਤਾ ਗਿਆ ਇਸ ਮਾਮਲੇ 'ਚ ਦੋਸਤੀ ਸੁਖਜਿੰਦਰ ਸਿੰਘ ਉਰਫ ਸੰਨੀ ਕੰਡਾ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਦੇ ਚੱਲਦੇ ਚਲਾਨ ਪੇਸ਼ ਨਹੀਂ ਕੀਤਾ ਜਾ ਸਕਿਆ ਪਰ ਕੱਲ ਹਾਈ ਕੋਰਟ 'ਚ ਸੰਨੀ ਕੰਡਾ ਦੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਅੱਜ ਫਰੀਦਕੋਟ 'ਚ ਜੀ ਐਮ ਆਈ ਸੀ ਅਦਾਲਤ ਨੇ ਦੂਜਾ ਚਲਾਨ ਵੀ ਸਿੱਟ ਵੱਲੋਂ ਦਾਖਲ ਕਰ ਦਿੱਤਾ ਅਮਰੀਕਾ ਨੇ ਭਾਰਤ ਲਈ ਯਾਤਰਾ ਸਲਾਹ ਚੁ ਦਿੱਤੀ ਟੈਲ ਅਮਰੀਕਾ ਨੇ ਭਾਰਤ ਲਈ ਯਾਤਰਾ ਸਲਾਹ ਵਿੱਚ ਤਬਦੀਲੀ ਕੀਤੀ ਆ ਅਮਰੀਕਾ ਮੁਤਾਬਕ ਹੁਣ ਉਸਨੇ ਯਾਤਰਾ ਲਈ ਉੱਚ ਉਚਤਮ ਪੱਧਰ 4 ਤੋਂ ਪੱਧਰ 3 ਕਰ ਦਿੱਤਾ ਹੈ 4 ਪੱਧਰ ਦਾ ਮਤਲਬ ਬਿਲਕੁਲ ਯਾਤਰਾ ਨਹੀਂ ਜਦ ਕਿ ਪੱਧਰ 3 ਵਿੱਚ ਨਾਗਰਿਕਾਂ ਨੂੰ ਆਪਣੀ ਯਾਤਰਾ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਅਮਰੀਕਾ ਨੇ ਪਾਕਿਸਤਾਨ ਦੇ ਲਈ ਵੀ ਯਾਤਰਾ ਸੁਧਾਰ ਅਸਲਾ ਦੇ ਵਿੱਚ ਸੁਧਾਰ ਕਰ ਦਿੱਤਾ ਤੇ ਇੱਥੇ ਵੀ ਇਸ ਪੱਧਰ ਦੇ ਵਿੱਚੋਂ 4 ਤੋਂ 3 ਪੱਧਰ ਕੀਤਾ ਹੈ ਖੇਤਰ ਦੇ ਵਿੱਚ ਕੋਵਿਡ-19 ਗਲੋਬਲ ਮਹਾਮਾਰੀ ਦੀ ਸਥਿਤੀ ਤੇ ਵਿਚਾਰ ਕਰਨ ਮਗਰੋਂ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਭਾਰਤ ਤੇ ਅਤੇ ਪਾਕਿਸਤਾਨ ਦੀ ਯਾਤਰਾ ਸਲਾਹ ਵਿੱਚ ਸੁਧਾਰ ਕੀਤਾ ਕਿਸੇ ਵੀ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕਿਰਪਾ ਕਰਕੇ ਟੀਕਾ ਕਰਨ ਤੇ ਬਿਨਾਂ ਟੀਕਾ ਕਰਨ ਵਾਲੇ ਯਾਤਰੀਆਂ ਲਈ ਸੀ ਡੀ ਸੀ ਵਿਸ਼ੇਸ਼ ਸੁਝਾਵਾਂ ਦੀ ਸਮੀਖਿਆ ਕਰੋ ਮਾਮਲਾ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਮਾਰਨ ਦੀਆਂ ਧਮਕੀਆਂ ਦਾ ਮੰਗ ਪੱਤਰ ਦੇ ਕੇ ਕੀਤੀ ਕਾਰਵਾਈ ਦੀ ਮੰਗ ਅੱਜ ਯੂਥ ਕਾਂਗਰਸ ਨੇਤਾਵਾਂ ਨੇ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਨਕੁਲ ਮਹਾਜਨ ਦੀ ਅਗਵਾਈ ਵਿੱਚ ਐਸ ਐਸ ਪੀ ਗਰਦਾਸਪੁਰ ਡਾਕਟਰ ਨਾਨਕ ਸਿੰਘ ਨੂੰ ਪੀਤ ਦੇਨੀ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਦੇ ਪ੍ਰਾਤ ਯੂਥ ਕਾਂਗਰਸ ਦੇ ਪ੍ਰਧਾਨ ਬਲਜੀਤ ਸਿੰਘ ਪਹਾੜਾ ਨੂੰ ਸੋਸ਼ਲ ਮੀਡੀਆ ਤੇ ਜਾਨੋਂ ਮਾਰ ਦੀਆਂ ਧਮਕੀਆਂ ਦੇਣ ਵਾਲਿਆਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਮੰਗ ਪੱਤਰ ਦਿੰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ। ਕੈਪਟਨ ਨੇ ਸ਼ਕਤੀ ਪ੍ਰਦਰਸ਼ਨ ਚੂ ਸ਼ੇਅਰ ਕੀਤੀਆਂ ਤਸਵੀਰਾਂ ਤਾਂ ਲੋਕਾਂ ਨੇ ਜਿਹਾ ਦਿੱਤਾ ਜਵਾਬ ਹਾਈ ਕਮਾਂਡ। ਵੱਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਏ ਜਾਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਹਨ ਸਿੱਧੂ ਦੀ ਨਿਯੁਕਤੀ ਮਗਰੋਂ ਕੈਪਟਨ ਨੇ ਹਾਈ ਕਮਾਂਡ ਅੱਗੇ ਸ਼ਕਤੀ ਪ੍ਰਦਰਸ਼ਨ ਕੀਤਾ ਸਿਸਵਾ ਫਾਰਮ ਨੂੰ ਛੱਡ ਕੇ ਆਪਣੀ ਸਰਕਾਰੀ ਰਹਿائش ਤੇ ਪਹੁੰਚੇ ਜਿੱਥੇ ਉਹਨਾਂ ਨੇ ਕਰੀਬੀ ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਆਪਣੇ ਨੇੜਲੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਸਾਬਕਾ ਪ੍ਰਧਾਨ ਲਾਲ ਸਿੰਘ ਸਮੇਤ ਕਈ ਕਾਂਗਰਸੀ ਆਗੂ ਵੀ ਕੈਪਟਨ ਨੂੰ ਮਿਲਣ ਪਹੁੰਚੇ ਕੈਪਟਨ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਕੈਪਟਨ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਆਮ ਜਨਤਾ ਤੋਂ ਇੰਨਾ ਜ਼ਿਆਦਾ ਦੁਖੀ ਕੈਪਟਨ ਤੋਂ ਇੰਨਾ ਜ਼ਿਆਦਾ ਦੁਖੀ ਹੈ ਕਿ ਉਸਨੇ ਸਾਰਾ ਰੂਸ ਫੇਸਬੁੱਕ ਪੋਸਟ ਤੇ ਦਿਖਾ ਦਿੱਤਾ ਇਸ ਤਸਵੀਰਾਂ ਦੇ ਉੱਪਰ 3000 ਤੋਂ ਜ਼ਿਆਦਾ ਜਿਹੜੇ ਕਮੈਂਟ ਕੀਤੇ ਗਏ ਨੇ ਯੂਜ਼ਰਾਂ ਨੇ ਲਿਖਿਆ ਸਿਆਸਤ ਦਾ ਨਸ਼ਾ ਬਹੁਤ ਮਾੜਾ ਹੁੰਦਾ ਜਦੋਂ ਬੰਦੇ ਨੂੰ ਚੜਦਾ ਤਾਂ ਬੰਦੇ ਨੂੰ ਕੋਈ ਜਨ ਨਜ਼ਰ ਨਹੀਂ ਆਉਂਦਾ ਬੰਦਾ ਖੁਦ ਨੂੰ ਰੱਬ ਦਾ ਜਵਾਈ ਮੰਨਣ ਲੱਗ ਜਾਂਦਾ ਏ ਉਹ ਵਿਧਾਇਕ ਆ ਜਿਨ੍ਹਾਂ ਨੇ ਪਿਛਲੇ 4.5 ਸਾਲ ਵਿੱਚ ਮਿਲਣਾ ਤਾਂ ਦੂਰ ਦੀ ਗੱਲ ਕਦੇ ਫੋਨ ਤੇ ਗੱਲ ਵੀ ਨਹੀਂ ਹੋਈ ਹੋਣੀ ਹੁਣ ਸੋਚਦੇ ਹੋਣਿਆ ਜਾਂਦੀ ਵਾਰ ਕੈਪਟਨ ਸਾਹਿਬ ਦੇ ਦਰਸ਼ਨ ਹੀ ਕਰ ਲਈਏ ਪੰਜਾਬ ਕਾਂਗਰਸ ਨੂੰ ਹੋਵੇਗਾ ਵੱਡਾ ਫੇਰ ਬਦਲ ਲਾਗੂ ਹੋਵੇਗਾ ਰਾਹੁਲ ਗਾਂਧੀ ਦਾ ਫਾਰਮੂਲਾ ਪੰਜਾਬ ਕਾਂਗਰਸ ਦਾ ਮੂੰਹ ਮਹਾਂਦਰਾ ਬਦਲਣ ਵਾਲਾ ਏ ਪਾਰਟੀ ਨੂੰ ਨਵਾਂ ਜੋਸ਼ ਪਰਣ ਲਈ ਕਮਾਂਡ ਨੌਜਵਾਨਾਂ ਦੇ ਹੱਥਾਂ ਵਿਚ ਦੇਣ ਦੀ ਕਵਾਇਦ ਸ਼ੁਰੂ ਹੋ ਗਈ ਆ ਨਵਜੋਤ ਸਿੱਧੂ ਇਸ ਫਾਰਮੂਲੇ ਦੇ ਤਹਿਤ ਪੰਜਾਬ ਕਾਂਗਰਸ ਦੀ ਕਮਾਂਡ ਸੌਂਪੀ ਗਈ ਆ ਇਸ ਲਈ ਅਗਲੇ ਸਮੇਂ ਦੇ ਵਿੱਚ ਪਾਰਟੀ ਅੰਦਰ ਵੱਡੇ ਫੇਰ ਬਦਲ ਦੇਖਣ ਨੂੰ ਮਿਲ ਸਕਦੇ ਨੇ ਦਰਅਸਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚ ਵੱਡਾ ਫੇਰ ਬਦਲ ਪਾਰਟੀ ਲੀਡਰ ਰਾਹੁਲ ਗਾਂਧੀ ਨੇ ਸਪਸ਼ਟ ਕਰ ਦਿੱਤਾ ਹੈ ਸੰਕੇਤ ਦਿੱਤਾ ਹੈ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਤਜਰਬੇ ਤੇ ਨੌਜਵਾਨੀ ਦੇ ਮਿਸ਼ਰਣ ਨਾਲ ਉਤਰੇਗੀ ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਦੀਆਂ ਪਾਰਟੀ ਕਈਆਂ ਹੋਰ ਨਿਯੁਕਤੀਆਂ ਵੀ ਇਸੇ ਸੋਚ ਦੇ ਨਾਲ ਹੋਣਗੀਆਂ ਕੋਵਿਡ ਵੈਕਸੀਨ ਲਗਵਾ ਚੁੱਕੇ ਨਾਗਰਿਕਾਂ ਲਈ ਕੈਨੇਡਾ ਨੇ ਖੋਲੇ ਦਰਵਾਜ਼ੇ 7 ਸਤੰਬਰ ਤੋਂ ਮਿਲੇਗੀ ਐਂਟਰੀ ਕਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਟੀਕਾ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਇਸ ਦੌਰਾਨ ਕੈਨੇਡਾ ਸਰਕਾਰ ਨੇ 9 ਅਗਸਤ ਤੋਂ ਉਹਨਾਂ ਅਮਰੀਕੀ ਨਾਗਰਿਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਨੇ ਜਿਨ੍ਹਾਂ ਕਰੋਨਾ ਵੈਕਸੀਨ ਦੀਆਂ ਸਾਰੀਆਂ ਖੁਰਾਕਾਂ ਲੈ ਲਈਆਂ ਨੇ ਸਰਕਾਰ ਨੇ ਕਿਹਾ ਹੈ ਕਿ ਵੈਕਸੀਨ ਲਗਵਾ ਚੁੱਕੇ ਅਮਰੀਕੀ ਨਾਗਰਿਕਾਂ ਨੂੰ ਕੈਨੇਡਾ ਗੈਰ ਜ਼ਰੂਰੀ ਯਾਤਰਾ ਲਈ 9 ਅਗਸਤ ਤੋਂ ਮਨਜ਼ੂਰੀ ਦੇਣੀ ਸ਼ੁਰੂ ਕਰ ਦੇਵੇਗਾ ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਕਿ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ 7 ਸਤੰਬਰ ਤੋਂ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਸਿਰਫ ਉਹਨਾਂ ਲੋਕਾਂ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ ਜਿਨ੍ਹਾਂ ਨੇ ਵੈਕਸੀਨ ਦੀਆਂ ਸਾਰੀਆਂ ਡੋਜ਼ਾਂ ਲਵਾ ਲਈਆਂ ਨੇ ਭਾਰਤ ਤੋਂ ਕੈਨੇਡਾ ਆਉਣ ਵਾਲੀਆਂ ਉਡਾਨਾਂ 21 ਅਗਸਤ ਤੱਕ ਵੈਸੇ ਤਾਂ ਮੁਅਤਲ ਕਰਤੀਆਂ ਗਈਆਂ ਨੇ ਨਵਜੋਤ ਸਿੱਧੂ ਨੇ ਖਿਸਕਾਈ ਕੈਪਟਨ ਤੜੇ ਦੇ ਪੈਰਾਂ ਹੇਠੋਂ ਜ਼ਮੀਨ ਹੋਏਗਾ ਅਗਲਾ ਐਕਸ਼ਨ ਪਲਾਨ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਦਿਆਂ ਹੀ ਨਵਜੋਤ ਸਿੱਧੂ ਨੇ ਪਾਸਾ ਆਪਣੇ ਵੱਲ ਪਲਟਾਇਆ ਸੋਮਵਾਰ ਨੂੰ ਪੰਜ ਮੰਤਰੀਆਂ ਤੇ 35 ਵਿਧਾਇਕਾਂ ਨਾਲ ਸ਼ਕਤੀ ਪ੍ਰਦਰਸ਼ਨ ਕਰਕੇ ਸਿੱਧੂ ਨੇ ਸਪਸ਼ਟ ਕਰ ਦਿੱਤਾ ਕਿ ਸਰਕਾਰ ਵੀ ਹੁਣ ਉਹਨਾਂ ਦੀ ਮੁੱਠੀ ਦੇ ਵਿੱਚ ਹੀ ਕਰਨ ਹੈ ਕਿ ਸਿੱਧੂ ਦੀ ਨਿਯੁਕਤੀ ਤੋਂ ਖਫਾ ਹੋਣ ਦੇ ਬਾਵਜੂਦ ਕੈਪਟਨ ਤੜਾ ਚੁੱਪ ਬੈਠਾ ਹੈ ਦੱਸਦੀ ਹੈ ਕਾਂਗਰਸ ਦੇ ਸੂਬਾ ਪ੍ਰਧਾਨ ਬਨਣ ਤੋਂ ਬਾਅਦ ਨਵਜੋਤ ਸਿੱਧੂ ਸੋਮਵਾਰ ਨੂੰ ਸੈਕਟਰ 2 ਦੇ ਵਿੱਚ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਰਿਹੈਸ਼ ਦੇ ਨੇੜੇ ਆਪਣੀ ਤਾਕਤ ਵਿਖਾਈ ਨਵੇਂ ਪ੍ਰਧਾਨ ਦਾ ਸਵਾਗਤ ਕਰਨ ਲਈ ਤ੍ਰਿਪ ਤਰ ਜਿੰਦਰ ਸਿੰਘ ਬਾਜਵੜੀ ਸਰਕਾਰੀ ਰਿਹੈਸ਼ ਤੇ ਚਾਹ ਪਾਰਟੀ ਰੱਖੀ ਗਈ ਜਿਸ 'ਚ ਪੰਜ ਕਾਂਗਰਸੀ ਮੰਤਰੀਆਂ ਸਮੇਤ ਲਗਭਗ 35 ਵਿਧਾਇਕ ਪਹੁੰਚੇ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕੁਝ ਵਿਧਾਇਕ ਕੈਪਟਨ ਧੜੇ ਦੇ ਵੀ ਸਨ ਇਸ ਮੌਕੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੰਸਦ ਦੇ ਬਾਹਰ ਨਰਿੰਦਰ ਸਿੰਘ ਤੋਮਰ ਦਾ ਤਖਤੀ ਦਿਖਾ ਕੇ ਵਿਰੋਧ ਅੱਜ ਸਵੇਰੇ ਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਦੇ ਖਿਲਾਫ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤੀ ਵਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਕੈਨੇਡਾ ਬੈਠਾ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਸ਼ਨੋਈ ਦਾ ਇੱਕ ਹੋਰ ਕਾਂਡ ਆਇਆ ਸਾਹਮਣੇ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੂਰਾ ਦੇ ਮੇਨ ਬਾਜ਼ਾਰ ਸ਼ਾਸਤਰੀ ਮਾਰਕੀਟ ਦੇ ਕਾਰੋਬਾਰੀ ਸੁਮਿਤ ਕੁਮਾਰ ਪੁੱਤਰ ਵਿਜੇ ਕੁਮਾਰ ਦੇ ਮੋਬਾਈਲ ਤੇ WhatsApp ਕਾਲ ਕਰਕੇ 50 ਲੱਖ ਦੀ ਫਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ 'ਚ ਥਾਣਾ ਸਿਟੀ ਕੋਟਕਪੂਰਾ ਦੇ ਸੁਮਿਤ ਕੁਮਾਰ ਨੇ ਸ਼ਿਕਾਇਤ 'ਚ ਦੱਸਿਆ ਹੈ ਕਿ ਬੀਤੀ 18 ਜੁਲਾਈ ਦੀ ਸ਼ਾਮ ਨੂੰ ਉਸ ਨੂੰ ਮੋਬਾਈਲ ਤੇ ਇਹ ਨੰਬਰ ਤੋਂ WhatsApp ਕਾਲ ਆਈ ਜਿਸ ਦੇ ਵਿੱਚ ਬੋਲਣ ਵਾਲੇ ਨੇ ਆਪਣਾ ਨਾਮ ਗੋਲਡੀ ਬਰਾੜ ਦੱਸਿਆ ਤੇ ਉਸ ਤੋਂ 50 ਲੱਖ ਰੁਪਏ ਦੀ ਫਰੌਤੀ ਮੰਗੀ ਕੁਤਮੂਲ ਅਜਮ ਨੇ ਇਹ ਵੀ ਧਮਕੀ ਦਿੱਤੀ ਆ ਕਿ ਜੇ ਉਹਨਾਂ ਨੇ ਗੈਂਗਸਟਰਾਂ ਨਾਲ ਸੰਬੰਧ ਹੰ ਫਰੋਤੀ ਨਾ ਦਿੱਤੀ ਤਾਂ ਉਸ ਨੂੰ ਅਗਲੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਜਾਨੂ ਮਾਰ ਦੇਵੇਗਾ। ਥਾਣਾ ਸਿਟੀ ਪੁਲਿਸ ਦੇ ਵੱਲੋਂ ਇਸ ਦੇ ਅਧੀਨ ਗੋਲਦੀ ਬਰਾੜੋ ਸਤਿੰਦਰ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਤੇ ਹੋਰ 4-5 ਗੈਂਗਸਟਰਾਂ ਤੇ ਮਾਮਲਾ ਦਰਜ ਕਰਤਾ। ਡੀਜੀਪੀ ਸੁਮੇਧ ਸੈਣੀ ਦੀਆਂ ਵੱਧੀਆਂ ਮੁਸ਼ਕਲਾਂ ਹਾਈ ਕੋਰਟ ਨੇ ਦਿੱਤਾ ਆਦੇਸ਼। ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸੀਬਤਾਂ ਵੱਧਦੀਆਂ ਜਾਪਰੀਆਂ ਨੇ ਦਰਅਸਲ ਮੁਹਾਲੀ ਦੀ ਅਦਾਲਤ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ ਵੀ ਸਥਿਤ ਕੋਠੀ ਨੂੰ ਅਟੈਚ ਕਰਨ ਦਾ ਦੇਸ਼ ਦਿੱਤੇ ਨੇ ਮਹਾਲੀ ਕੋਰਟ ਨੇ ਉਹਨਾਂ ਦੇ ਮਕਾਨ ਦੇ ਕਿਰਾਏ ਵਜੋਂ 2.5 ਲੱਖ ਰੁਪਏ ਪ੍ਰਤੀ ਮਹੀਨਾ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਇਸ ਦੇ ਨਾਲ ਹੀ ਅਦਾਲਤ ਨੇ ਜ਼ਿਲ੍ਹਾ ਮਾਲ ਅਫਸਰ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੇ ਹੁਕਮਾਂ ਤੱਕ ਪ੍ਰਾਪਤਕਰਤਾ ਨੂੰ ਰਾਜ ਮਿਲੀ ਰਾਸ਼ੀ ਜਾਰੀ ਨਾ ਕਰੇ ਬਾਰਸ਼ ਦੇ ਨਾਲ ਪੰਜਾਬ ਦਾ ਬੁਰਾ ਹਾਲ ਖੁੱਲੀ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੂਲ ਸੂਬੇ ਦੇ ਵਿੱਚ ਹੋ ਰਹੀ ਬਾਰਿਸ਼ ਕਾਰਨ ਪੰਜਾਬ ਸਰਕਾਰ ਦੀ ਪੂਲ ਖੁੱਲਦੀ ਵਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਵੱਲੋਂ ਲੱਖਾਂ ਦਾਅਵੇ ਕੀਤੇ ਗਏ ਸਨ ਕਿ ਸ਼ਹਿਰਾਂ ਦੇ ਵਿੱਚ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਪਰ ਜ਼ਮੀਨੀ ਹਕੀਕਤ ਸ਼ਹਿਰਾਂ ਦੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਵਿਰਾਸਤੀ ਸ਼ਹਿਰਾਂ ਦੇ ਵਿੱਚ ਇੱਕ ਘੰਟੇ ਦੀ بارش ਨਾਲ ਨਗਰ ਕੌਂਸਲ ਦੀ ਪੂਲ ਖੋਲ ਕੇ ਰੱਖ ਦਿੱਤੀ ਹੈ ਜਿੱਥੇ ਪਾਣੀ ਹੀ ਪਾਣੀ ਸਾਰੇ ਪਾਸੇ ਵਿਖਾਈ ਦੇ ਰਿਹਾ ਹੈ ਸੀਟੀਯੂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਮੁਸਾਫਰਾਂ ਲਈ ਅਹਿਮ ਖਬਰ ਹੋਣ ਬਰੇਗਾ ਸਮਾਰਟ ਕਾਰਡ ਸ਼ਹਿਰ ਦੇ ਵਿੱਚ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ ਵਿੱਚ ਹੁਣ ਪਾਸ ਨਹੀਂ ਬਣਨਗੇ ਸਗੋਂ ਲੋਕਾਂ ਲਈ ਸਮਾਰਟ ਕਾਰਡ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ ਇਸ ਲਈ ਵਿਭਾਗ ਨੇ ਰੈਡ ਤੇ ਕਿਤੇ ਨੇ ਸਹੂਲਤ ਵਿੱਚ ਬੱਸ ਵਿੱਚ ਕਾਰਡ ਦੇ ਨਾਲ ਹੀ ਪੇਮੈਂਟ ਹੋਵੇਗੀ ਜਿਵੇਂ ਫੂਡ ਕੋਰਟ ਵਿੱਚ ਜਾਣ ਲਈ ਤੁਹਾਡਾ ਰੀਚਾਰਜ ਕਾਰਡ ਬਣ ਜਾਂਦਾ ਉਂਝ ਹੀ ਸੀਟੀਯੂ ਬੱਸਾਂ 'ਚ ਮੁਸਾਫਰਾਂ ਦਾ ਕਾਰਡ ਬਣੇਗਾ ਇਸ ਕਾਰਡ ਨੂੰ ਸਹੂਲਤ ਦੇ ਅਨੁਸਾਰ ਰੀਚਾਰਜ ਕਰਵਾ ਕੇ ਸ਼ਹਿਰ ਵਾਸੀ ਆਪਣੀ ਮੰਜ਼ਿਲ ਲਈ ਟਿਕ ਲੈ ਸਕਣਗੇ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ ਦੇ ਪ੍ਰੋਜੈਕਟ ਤਹਿਤ ਸਬ ਇੱਕ ਦੇ ਨਾਲ ਮਿਲ ਕੇ ਇਹ ਸਹੂਲਤ ਸ਼ੁਰੂ ਕੀਤੀ ਗਈ ਆ ਨਿੱਜੀ ਕਾਰਡ ਲਈ ਰਕਮ 30 ਰੁਪਏ ਤੈਅ ਕੀਤੀ ਗਈ ਆ ਨਿੱਜੀ ਕਾਰਡ ਪਹਿਲਾ ਵੰਗ 30 ਰੁਪਏ ਦਾ ਰੇਟ ਤੈਅ ਕੀਤਾ ਗਿਆ ਹੈ ਮੁਫਤ ਤੋਂ ਬਾਅਦ ਦੇਣੇ ਪੈਣਗੇ 100 ਰੁਪਏ ਪਹਿਲਾ ਇਹ 10000 ਦੇ ਵਿੱਚ ਕਾਰਡ ਮੁਫਤ ਦਿੱਤੇ ਜਾਣਗੇ ਕਾਰਡ ਨੂੰ ਸਿਰਫ ਪ੍ਰਿੰਟਿੰਗ ਚਾਰਜ ਲਏ ਜਾਣਗੇ ਉਸ ਤੋਂ ਬਾਅਦ ਲੋਕਾਂ ਨੂੰ ਕਾਰਡ ਦੇ ਲਈ 100 ਰੁਪਏ ਦੇਣੇ ਪੈਣਗੇ ਨਿੱਜੀ ਕਾਰਡ ਦਾ ਅਮਾਉਂਟ ਲੋਕਾਂ ਨੂੰ ਰਿਵੰਡ ਨਹੀਂ ਹੋਵੇਗਾ ਜਦਕਿ ਗੈਸਟ ਸਮਾਰਟ ਅਕਾਊਂਟ ਵਿੱਚ ਟ੍ਰਾਂਜੈਕਸ਼ਨ ਚਾਰਜ ਤੋਂ ਬਾਅਦ ਬਾਕੀ ਬਚੇ ਅਮਾਉਂਟ ਨੂੰ ਰੀਫੰਡ ਕਰ ਦਿੱਤਾ ਜਾਵੇਗਾ ਜੇਕਰ ਗੈਸਟ ਸਮਾਰਟ ਕਾਰਡ ਗੁੰਮ ਹੋ ਜਾਂਦਾ ਤਾਂ ਨਵੇਂ ਕਾਰਡ ਲਈ ਤਾਂ ਚਾਰਜ ਸਬੰਧੀ ਵਿਅਕਤੀ ਨੂੰ ਭਰਨੇ ਪੈਣਗੇ ਪੰਜਾਬ ਦੇ ਗਰੀਬਾਂ ਨੂੰ ਕਾਂਗਰਸ ਭਾਜਪਾ ਤੇ ਆਪ ਗੁਲਾਮੀ ਯੁੱਗ ਵਿੱਚ ਧੱਕਣਾ ਚਾਹੁੰਦੀਆਂ ਨੇ ਜਸਵੀਰ ਗੜੀ ਸਰਕਾਰ ਸਿਹਤ ਸਿੱਖਿਆ ਰੁਜ਼ਗਾਰ ਸਹੂਲਤ ਦੇਣ ਦੇ ਨਾਲ ਮੰਗਿਆਈ ਨੂੰ ਕੰਟਰੋਲ ਕਰੇ ਸੰਗਰੂਪ ਵਿਖੇ ਬਸਪਾ ਨੇ ਵਿਸ਼ਾਲ ਇਕੱਠ ਕਰਕੇ ਕੇਰੀ ਭਗਵੰਤ ਮਾਨ ਦੀ ਗੋਟੀ ਬਹੁਜਣ ਸਮਾਜ ਪਾਰਟੀ ਵੱਲੋਂ ਸਵਿਧਾਨਿਕ ਮੰਤ ਸਨਮਾਨਵੇਂ ਬੀਐਸਪੀ ਮੈਦਾਨਵੇਂ ਦੇ ਨਾਰੇ ਨਾਲ ਆਪ ਵਿਧਾਇਕ ਆ ਵੱਲੋਂ ਆਪ ਆਗੂ ਵੱਲੋਂ ਕੀਤੀ ਸਵਿਧਾਨਿਕ ਵਿਰੋਧੀ ਟਿੱਪਣੀ ਤੇ ਆਪ ਆਗੂ ਨੂੰ ਬਰਖਾਸਤ ਨਾ ਕਰਨ ਦੇ ਖਿਲਾਫ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਬਸਪਾ ਪ੍ਰਧਾਨ ਜਸਵੀਰ ਗੜੀ ਨੇ ਖੁਦ ਸਾਈਕਲ ਚਲਾ ਕੇ ਕੀਤੀ ਸੈਂਕੜੇ ਗੱਡੀਆਂ ਮੋਟਰਸਾਈਕਲਾਂ ਦਾ ਕਾਫਲਾ ਸਵੇਰ ਤੋਂ ਹੀ ਪੁਲਸ ਲਾਈਨ ਅੱਗੇ ਇਕੱਠਾ ਹੋਇਆ ਦੁਪਹਿਰੇ ਬਰਨਾਲਾ ਚੌਂਕ ਬਾਂਸ બસ ਸਟੈਂਡ ਵੱਡਾ ਚੌਂਕ ਭਗਵਾਨ ਵਾਲਮੀਕ ਦੀ ਚੌਂਕ ਮਿਲਕ ਪਲਾਂਟ ਤੋਂ ਹੁੰਦਾ ਹੋਇਆ ਡ੍ਰੀਮ ਐਂਡ ਕਲੋਨੀ ਦੇ ਬਾਹਰ ਰੋਸ ਮੁਜ਼ਾਹਰਾ ਕਰਨ ਦੇ ਲਈ ਬੈਠ ਗਿਆ 26 ਜੁਲਾਈ ਤੋਂ ਪੰਜਾਬ ਵਿੱਚ 10ਵੀਂ ਅਤੇ 12ਵੀਂ ਦੇ ਜਮਾਤਾਂ ਦੇ ਖੁੱਲਣਗੇ ਸਕੂਲ ਸੂਬਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 26 ਜੁਲਾਈ ਤੋਂ ਪੰਜਾਬ ਵਿੱਚ 10ਵੀਂ ਅਤੇ 11ਵੀਂ ਤੇ 12ਵੀਂ ਜਮਾਤ ਦੇ ਸਕੂਲ ਖੋਲਣ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਕਿਹਾ ਗਿਆ ਕਿ ਜੇਕਰ ਸਥਿਤੀ ਕੰਟਰੋਲ ਦੇ ਵਿੱਚ ਰਹਿੰਦੀ ਆ ਤਾਂ 2 ਜੁਲਾਈ 2 ਅਗਸਤ ਤੋਂ ਹੋਰ ਕਲਾਸਾਂ ਦੇ ਸਕੂਲ ਵੀ ਖੋਲਣ ਦੀ ਸ਼ੁਰੂਆਤ ਕੀਤੀ ਜਾ ਰਹੀ ਆ। ਸਿੱਧੂ ਤੇ ਪ੍ਰਧਾਨ ਬਨਨ ਨਾਲ ਕਾਂਗਰਸ ਦੁੱਧ ਧੋਤੀ ਨਹੀਂ ਹੋਗੀ ਬੀਬੀ ਜਗੀਰਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਸਿੱਧੂ ਕਿਹੜਾ ਫਰਿਸ਼ਟਾ ਉਤਰ ਆਇਆ ਦੁਨੀਆ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਆ ਸਿੱਧੂ ਕਾਂਗਰਸ ਦਾ ਪ੍ਰਧਾਨ ਬਨਨ ਨਾਲ ਕਾਂਗਰਸ ਦੁੱਧ ਧੋਤੀ ਨਹੀਂ ਹੋਗੀ। ਮਨਜਿੰਦਰ ਸਿੰਘ ਸਿਰਸਾ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ ਇਸ ਮੌਕੇ ਜਥੇਦਾਰ ਬਾਬਾ ਕੁਲਵੰਤ ਸਿੰਘ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਪੰਜਵਾਰ ਪ੍ਰਧਾਨਗੀ ਦੀ ਚੋਣ ਮੁਲਤਵੀ ਹੋਣ ਤੋਂ ਬਾਅਦ ਭពਿੰਦਰ ਸਿੰਘ ਸੱਗੂ ਬਣੇ ਨਗਰ ਕੌਂਸਲ ਦੇ ਪ੍ਰਧਾਨ ਨਗਰ ਕੌਂਸਲ ਕੌਸ਼ਲ ਫਰਕੋਟਕਪੂਰਾ ਦੇ ਪ੍ਰਧਾਨਗੀ ਦੇ ਅਹੁਦੇ ਲਈ ਪੰਜਵਾਰ ਮੁਲਤਵੀ ਚੋਣ ਹੋਣ ਤੋਂ ਬਾਅਦ ਪੰਜਾਬ ਦੀ ਸਰਵਉੱਚ ਅਦਾਲਤ ਹਾਈ ਕੋਰਟ ਦੀਆਂ ਹਦਾਇਤਾਂ ਦੇ ਅਧ ਚੋਣ ਕਰਵਾਉਣ ਮੌਕੇ ਲਗਾਤਾਰ ਮਾਹੌਲ ਤਣਾਪੂਰਨ ਰਿਹਾ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਦੋ ਵਾਰ ਕਾਂਗਰਸ ਦੇ ਦੋਵੇਂ ਧੜਿਆਂ ਚੋਂ ਟਕਰਾਹ ਹੁੰਦਾ ਹੁੰਦਾ ਟਲ ਗਿਆ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੀਪਾਲ ਸਿੰਘ ਸੰਧੂ ਤੇ ਹਲਕਾ ਕੋਟਕਪੂਰਾ ਤੋਂ ਇੰਚਾਰਜ ਪਾਈ ਰਾਹੁਲ ਸਿੰਘ ਸਿੱਧੂ ਦੇ ਧੜਿਆਂ ਦਰਮਿਆਨ ਚੱਲ ਰਹੀ ਖਿੱਚੋ ਤਾਣ ਕਾਰਨ ਪੰਜਵਾਰ ਚੋਣ ਮੁੱਲਤਾ ਵੀ ਹੋ ਗਈ ਇਸ ਸਮੇਂ ਪਾਈ ਰਾਹੁਲ ਸਿੰਘ ਸਿੱਧੂ ਧੜੇ ਦੇ 8 ਕੌਂਸਲਰਾਂ ਨੇ ਸੁਤੰਤਰ ਜੋਚੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬੀਬੀ ਸੁਰਿੰਦਰਪਾਲ ਕੌਰ ਨੂੰ ਜੂਨੀਅਰ ਮੀਤ ਪ੍ਰਧਾਨ ਚੁਣ ਲਿਆ ਜਿਸ ਤੇ ਅਜੀਪਾਲ ਸੰਧੂ ਗਰੁੱਪ ਨੇ ਵਿਰੋਧ ਕਰਦਾ ਦੋਸ਼ ਲਾਇਆ ਕਿ 29 ਕੌਂਸਲਰਾਂ ਵੱਲੋਂ 29 ਕੌਂਸਲਰਾਂ ਦੇ ਵਿੱਚੋਂ 8 ਵੱਲੋਂ ਆਪਣੇ ਤੌਰ ਤੇ ਦੋ ਦਿਆਂ ਦੀ ਚੋਣ ਕਰ ਲੈਣਾ ਗੈਰਵਾਜਬ ਹੈ ਨਵਜੋਤ ਸਿੱਧੂ ਨੇ ਲਗਾਏ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਦੇ ਵੱਡੇ ਵੱਡੇ ਨਾਰੇ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਨਵਜੋਤ ਸਿੱਧੂ ਕੱਲੇ ਨਾਰੀ ਲਾਏਗਾ ਜਾਂ ਫਿਰ ਉਸਦੀ ਸੋਚ ਤੇ ਪਹਿਰਾ ਵੀ ਦੇਵੇਗਾ ਕਮੈਂਟ ਸੈਕਸ਼ਨ ਚ ਤੁਸੀਂ ਯਸ ਜਨੂ ਲਿਖ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ